SOI ਵਾਂਗੂ ਤੁਸੀਂ ਇਕੱਲੇ ਅਹੁਦੇ ਵੰਡੋਗੇ ਕਿ ਤੁਸੀਂ ਕੁਛ ਕਰੋਗੇ ਵੀ? ਬਾਦਲ ਸਰਕਾਰ ਸਾਡੇ ਲਈ ਕੰਡਿਆਂ ਦੀ ਸੇਜ ਛੱਡ ਕੇ ਗਈ ਸੀ। ਕੋਈ ਵੀ ਵੱਡੀ ਕ੍ਰਾਂਤੀ ਆਈ ਹੈ ਉਸ 'ਚ ਨੌਜਵਾਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ। ਕੈਪਟਨ ਸਰਕਾਰ ਨੇ ਵੀ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ। ਮੋਦੀ ਸਰਕਾਰ ਨੇ ਪਿਛਲੇ ਸਮੇਂ 'ਚ ਨੌਜਵਾਨਾਂ ਨੂੰ ਠੱਗਣ ਦਾ ਕੰਮ ਬਹੁਤ ਬਾਖੂਬੀ ਕੀਤਾ। ਸਰਕਾਰੀ ਮਹਿਕਮਿਆਂ 'ਚ ਵੀ ਕਾਫੀ ਵੈਕੈਂਸੀਆਂ ਪਈਆਂ ਨੇ। ਤੁਸੀਂ ਉਹਦੇ ਲਈ ਅੱਜ ਤੱਕ ਸਿੱਧੂ ਪਰਿਵਾਰ ਨੇ ਉਹਦੇ ਲਈ ਕੋਈ ਵੱਡਾ ਐਕਸ਼ਨ ਨਹੀਂ ਲਿਆ? ਇਮੀਗ੍ਰੇਸ਼ਨ ਦੇ ਜਿਹੜੇ ਏਜੰਟ ਨੇ ਉਹਨਾਂ ਨੂੰ ਨੱਥ ਪਾਈ ਜਾਏਗੀ। ਇੱਕ ਸ਼ਬਦ ਦੇ ਵਿੱਚ ਜੇ ਤੁਸੀਂ ਆਨਸਰ ਦੇ ਸਕੋ, ਵਕਾਲਤ ਜਾਂ ਰਾਜਨੀਤੀ? ਵਕਾਲਤ ਨੂੰ ਮੈਂ ਛੱਡਦਾ, ਵਕਾਲਤ ਮੈਨੂੰ ਨਹੀਂ ਛੱਡਦੀ। ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ newsnumber.com। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਨੰਬਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਯਾਨੀ ਕਿ ਗੁਰਪਾਲ ਸਿੰਘ ਬਰਾੜ ਵੱਲੋਂ ਇੱਕ ਵਾਰ ਫਿਰ ਤੋਂ ਸਵਾਗਤ ਹੈ। ਦੋਸਤੋ, ਭਾਰਤੀ ਰਾਜਨੀਤੀ ਦੇ ਵਿੱਚ ਨੌਜਵਾਨਾਂ ਦੀ ਤਾਦਾਦ ਬਹੁਤ ਵੱਧ ਰਹੀ ਹੈ ਅਤੇ ਅੱਜ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਸਾਡੇ ਨਾਲ ਕੰਵਰਬੀਰ ਸਿੰਘ ਰੂਪੀ ਸਿੱਧੂ, ਉਹ ਸਾਡੇ ਨਾਲ ਹਾਜ਼ਰ ਨੇ ਜੋ ਕਿ ਹਾਲ ਹੀ ਦੇ ਵਿੱਚ ਪੰਜਾਬ ਯੂਥ ਕਾਂਗਰਸ ਦੇ ਮੀਡੀਆ ਕੋਆਰਡੀਨੇਟਰ ਲਾਏ ਗਏ ਨੇ। ਅਤੇ ਮੈਂ ਕੰਵਰਬੀਰ ਸਿੰਘ ਸਿੱਧੂ ਬਾਰੇ ਇੱਕ ਹੋਰ ਗੱਲ ਦੱਸਦਿਆਂ, ਉਹ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਦੇ ਹੋਣਹਾਰ ਸਪੁੱਤਰ ਵੀ ਨੇ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਨਿਊਜ਼ ਨੰਬਰ ਚੈਨਲ 'ਤੇ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਅਤੇ ਨਿਊਜ਼ ਨੰਬਰ ਤੁਹਾਨੂੰ ਵਧਾਈ ਦਿੰਦਾ, ਤੁਹਾਨੂੰ ਇੱਕ ਬਹੁਤ ਵਧੀਆ ਜ਼ਿੰਮੇਵਾਰੀ ਜੋ ਹਾਈ ਕਮਾਂਡ ਨੇ ਲਈ ਹੈ। ਮੈਂ ਆਪਣੀ ਹਾਈ ਕਮਾਂਡ ਦਾ ਤਹਿ ਦਿਲੋਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਵਿੱਚ ਕੌਨਫੀਡੈਂਸ ਜਿਤਾਇਆ ਕਿ ਮੈਨੂੰ ਮੀਡੀਆ ਕੋਆਰਡੀਨੇਟਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਪੰਜਾਬ ਸਟੇਟ ਲਈ। ਸੋ ਮੈਂ ਉੱਥੇ ਹੀ ਆਪਣੇ ਸਾਰੇ ਹੀ ਸਪੋਰਟਰਸ ਦਾ, ਆਪਣੇ ਵੀਰਾਂ ਦੋਸਤਾਂ ਦਾ, ਸਭ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਅਤੇ ਮੈਨੂੰ ਇਹ ਅਹੁਦਾ ਜੋ ਹੈ ਪਾਰਟੀ ਵੱਲੋਂ ਮੈਨੂੰ ਨਵਾਜਿਆ ਗਿਆ। ਸਿੱਧੂ ਸਾਹਿਬ, ਜੇ ਆਪਾਂ ਦੇਖੀਏ ਤਾਂ ਇਹ ਯੂਥ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ, ਕਿਉਂਕਿ ਜਦੋਂ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਰਾਜਨੀਤੀ ਨੂੰ ਪਲਟਾਉਣ ਵਾਲੇ ਨੌਜਵਾਨ ਹੁੰਦੇ ਨੇ, ਇਹ ਆਪਾਂ ਜਾਣਦੇ। ਤੁਸੀਂ ਇੱਕ ਨੌਜਵਾਨ, ਤੁਸੀਂ ਬਾਖੂਬੀ ਜਾਣਦੇ ਹੋ, ਜ਼ਿੰਮੇਵਾਰੀ ਬਹੁਤ ਵੱਡੀ ਹੈ। ਉਮਰ ਸਿਆਸਤ ਦੇ ਵਿੱਚ ਉਮਰ ਹਜੇ ਤੁਹਾਡੀ ਛੋਟੀ ਹੈ, ਬਿਲਕੁਲ, ਤਾਂ ਕਿੱਡੀ ਕੁ ਵੱਡੀ ਚੁਣੌਤੀ ਲੱਗਦੀ ਹੈ ਤੁਹਾਨੂੰ? ਦੇਖੋ ਜੀ, ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਦੁਨੀਆ ਦਾ ਇਤਿਹਾਸ ਆਪਾਂ ਫਰੋਲ ਕੇ ਦੇਖੀਏ ਤਾਂ ਕੋਈ ਵੀ ਵੱਡੀ ਕ੍ਰਾਂਤੀ ਆਈ ਹੈ ਉਸ 'ਚ ਨੌਜਵਾਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ। ਸੋ ਇੱਕ ਦੇਸ਼ ਨੂੰ ਜੋ ਜਿਹਨੂੰ ਆਪਾਂ ਇੰਗਲਿਸ਼ ਕਹਿ ਦਿੰਦੇ ਹਾਂ ਨੇਸ਼ਨ ਬਿਲਡਿੰਗ, ਉਹਦੇ ਵਿੱਚ ਵੀ ਨੌਜਵਾਨਾਂ ਦਾ ਬਹੁਤ ਵੱਡਾ ਹੱਥ ਰਹਿੰਦਾ ਹੈ। ਅਤੇ ਜਿੱਥੋਂ ਤੱਕ ਗੱਲ ਸਿਆਸਤ ਦੀ ਹੈ ਤਾਂ ਮੇਰੇ ਹਿਸਾਬ ਨਾਲ ਨੌਜਵਾਨ ਵਰਗ ਹੈ ਜੋ, ਇਹ ਬਹੁਤ ਜੋਸ਼ੀਲਾ ਵਰਗ ਹੁੰਦਾ ਅਤੇ ਇਹ ਸਿਆਸਤ ਵਿੱਚ ਜੇ ਨੌਜਵਾਨ ਆ ਜਾਏ ਤਾਂ ਦੇਸ਼ ਦੀ ਤਕਦੀਰ ਹੈ ਜੋ ਉਹ ਬਿਲਕੁਲ ਪਲਟ ਸਕਦਾ। ਅਤੇ ਜਿੱਥੋਂ ਤੱਕ ਚੁਣੌਤੀ ਦੀ ਗੱਲ ਹੈ, ਬਿਲਕੁਲ ਹਜੇ ਮੇਰੇ ਲਈ ਜੋਬ ਨਵੀਂ ਹੈ ਅਤੇ ਆਪਣੇ ਸੀਨੀਅਰ ਲੀਡਰਾਂ ਤੋਂ ਵੀ ਸਿੱਖਿਆ ਲਈ ਦੀ ਹੈ ਅਤੇ ਆਪਣੇ ਵੀਰ ਭਰਾਵਾਂ ਤੋਂ ਵੀ ਸਭ ਤੋਂ ਸਲਾਹ ਲੈ ਕੇ ਚੱਲੀਦਾ ਅਤੇ ਹੌਲੀ ਹੌਲੀ ਮੈਨੂੰ ਉਮੀਦ ਹੈ ਕਿ ਮੈਂ ਆਪਣੀ ਜੋ ਜ਼ਿੰਮੇਵਾਰੀ ਮਿਲੀ ਉਸ 'ਤੇ ਖਰਾ ਉਤਰਾਂਗਾ। ਇੱਕ ਥੋੜ੍ਹਾ ਟਾਈਮ ਪਹਿਲਾਂ ਜਦੋਂ ਬਾਦਲਾਂ ਦੀ ਸਰਕਾਰ ਸੀ ਉਦੋਂ SOI ਵੀ ਬਹੁਤ ਚੱਲੀ ਸੀ, ਤੁਹਾਡੇ ਬੀਇੰਗ ਇਨ ਇਹਦੇ 'ਚ ਤੁਹਾਡਾ ਇੱਕ ਛਾਤਰ ਵਰਗ ਵੀ ਹੈਗਾ ਜਿਹਨੂੰ NSUI ਕਹਿੰਦੇ ਨੇ, ਤੁਹਾਨੂੰ ਇੱਕ ਬੜੀ ਵਧੀਆ ਜ਼ਿੰਮੇਵਾਰੀ ਮਿਲੀ ਹੈ ਅਤੇ ਤੁਸੀਂ ਬਹੁਤ ਵਧੀਆ ਸਿਆਸੀ ਖਾਨਦਾਨ ਦੇ ਵਿੱਚੋਂ ਬਿਲੋਂਗ ਕਰਦੇ ਹੋ, ਤੁਹਾਨੂੰ ਤੁਹਾਡੇ ਫਾਦਰ ਸਾਹਿਬ ਨੇ ਰਿਕਾਰਡ ਚੈੱਕ ਕਰੀਏ ਤਾਂ ਬਾਖੂਬੀ ਬਹੁਤ ਵਧੀਆ ਹੈ, ਪਰ SOI ਵਾਂਗੂ ਤੁਸੀਂ ਇਕੱਲੇ ਅਹੁਦੇ ਵੰਡੋਗੇ ਕਿ ਤੁਸੀਂ ਕੁਛ ਕਰੋਗੇ ਵੀ? ਉਹਨਾਂ ਨੇ ਤਾਂ ਜਿਵੇਂ ਕਦੇ ਮੀਡੀਆ ਕੋਆਰਡੀਨੇਟਰ ਲਾ, ਉੱਥੇ ਮੀਡੀਆ ਹੋ ਲਾਤਾ, ਸਲਾਹਕਾਰ ਦੇ ਲਾਤਾ, ਕਦੇ ਕੁਛ ਲਾਤਾ, ਕਦੇ ਕੁਛ ਲਾਤਾ, ਬਿਲਕੁਲ, ਤਾਂ ਤੁਹਾਡੇ ਤੋਂ ਆਸ ਹੈ ਲੋਕਾਂ ਨੂੰ, ਕਿਉਂਕਿ SOI ਨੇ ਆਪਦਾ ਯੂਥ ਵਿੰਗ ਨੂੰ ਨੌਜਵਾਨਾਂ ਨੂੰ ਇੱਕ ਤਰ੍ਹਾਂ ਦਾ ਬਦਨਾਮ ਜਿਹਾ ਕੀਤਾ, ਬਿਲਕੁਲ ਅਹੁਦੇ ਵੰਡੇ ਨੇ, ਤੁਸੀਂ ਕੁਛ ਖਾਸ? ਦੇਖੋ ਜੀ, ਜੋ ਸਾਡੀ ਲੀਡਰਸ਼ਿਪ ਹੈ, ਸਾਨੂੰ ਸਾਡੀ ਵਰਕਸ਼ਾਪਸ ਵੀ ਹੁੰਦੀਆਂ ਰਹਿੰਦੀਆਂ ਨੇ, ਅਸੀਂ ਆਪਣੇ ਲੀਡਰਾਂ ਨੂੰ ਮਿਲਦੇ ਵੀ ਰਹਿੰਦੇ ਹਾਂ, ਸਾਨੂੰ ਇਸੇ ਗੱਲ 'ਤੇ ਪ੍ਰੇਰਿਤ ਕੀਤਾ ਜਾਂਦਾ ਕਿ ਗਰਾਊਂਡ ਲੈਵਲ 'ਤੇ ਤੁਸੀਂ ਕੰਮ ਕਰੋ ਅਤੇ ਰਿਜ਼ਲਟ ਤੁਹਾਨੂੰ ਦੇਣਾ ਪਏਗਾ। ਸੋ ਅਸੀਂ ਟਾਈਮ ਟੂ ਟਾਈਮ ਕੰਮ ਕਰਦੇ ਹਾਂ, ਰਿਜ਼ਲਟ ਦਿੰਦੇ ਹਾਂ। ਮੈਂ ਸਮਝਦਾ ਅਹੁਦੇ ਵੰਡਣਾ ਮਾੜੀ ਗੱਲ ਨਹੀਂ ਹੈ, ਪਰ ਹਰ ਉਸ ਇਨਸਾਨ ਨੂੰ ਇਹ ਚਾਹੀਦਾ ਕਿ ਜੋ ਜ਼ਿੰਮੇਵਾਰੀ ਪਾਰਟੀ ਦੀ ਉਸ ਇਨਸਾਨ ਦੀ ਲਗਾਈ ਗਈ ਹੈ ਉਹ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ, ਤਨਦੇਹੀ ਨਾਲ ਨਿਭਾਉਣਾ ਬਹੁਤ ਜ਼ਰੂਰੀ ਹੈ। ਸੋ
ਆਪਣੀ ਜ਼ਿੰਮੇਵਾਰੀ ਦੀ ਗੱਲ ਸਭ ਤੋਂ ਵੱਡੀ ਹੈ ਜੀ ਕਿ ਜ਼ਿੰਮੇਵਾਰੀ ਜ਼ਰੂਰ ਨਿਭਾਉਣੀ ਚਾਹੀਦੀ ਹੈ। ਉਹਦੇ ਨਾਲ ਜੋ ਇਨਸਾਫ ਕਰਨਾ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ, ਬਹੁਤ ਸਹੀ ਗੱਲ ਕਿ ਉਹਦੇ ਨਾਲ ਇਨਸਾਫ ਕੋਈ ਅੱਜ ਕੱਲ੍ਹ ਕਰਦਾ ਨਹੀਂ ਹੈ, ਖਾਸ ਕਰਕੇ ਸਾਰੇ ਕਰਪਟ ਹੋ ਜਾਂਦੇ ਨੇ। ਪਰ ਕੋਈ ਇੱਦਾਂ ਦਾ ਕੋਈ ਖਾਸ ਪਲਾਨ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਨੌਜਵਾਨਾਂ ਦੇ ਲਈ ਤੁਸੀਂ ਪਲਾਨ ਕੀਤਾ ਹੋਵੇ, ਕਿਉਂਕਿ ਬੜੇ ਵਧੀਆ ਪਲੇਟਫਾਰਮ ਤੋਂ ਹੁਣ ਤੁਸੀਂ ਰੀਪ੍ਰੈਜ਼ੈਂਟ ਕਰੋਗੇ ਪਾਰਟੀ ਨੂੰ? ਦੇਖੋ ਜੀ, ਯੂਥ ਕਾਂਗਰਸ ਦਾ ਮੈਂਬਰ ਹੋਣ ਦੇ ਨਾਤੇ ਆਉਣ ਵਾਲੇ ਟਾਈਮ ਵਿੱਚ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਜੰਗੀ ਪੱਧਰ 'ਤੇ ਮੁਹਿੰਮ ਸ਼ੁਰੂ ਕਰ ਰਹੇ ਹਾਂ। ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੋ ਨਸ਼ੇ ਦੀ ਸਪਲਾਈ ਲਾਈਨ ਹੈ ਉਸਦਾ ਲੱਕ ਤੋੜ ਦੇਵਾਂਗੇ, ਅਤੇ ਬਿਲਕੁਲ ਉਹ ਗੱਲ ਅੱਜ ਹੋ ਚੁੱਕੀ ਹੈ। ਬਹੁਤ ਐਗਰੈਸਿਵਲੀ ਸਾਡੇ CM ਸਾਹਿਬ ਨੇ ਇਸ ਮੁੱਦੇ 'ਤੇ ਤਵੱਜੋ ਦਿੱਤੀ ਹੈ, ਅਤੇ ਅੱਜ ਅਸੀਂ ਪੂਰੇ ਕਹਿ ਸਕਦੇ ਹਾਂ ਕਿ ਨਸ਼ੇ ਦਾ ਜੋ ਲੱਕ ਸੀ ਸਪਲਾਈ ਚੇਨ ਦਾ ਉਹ ਟੁੱਟ ਚੁੱਕਿਆ, ਅਤੇ ਹੁਣ ਜੋ ਅਸਲ ਸਾਨੂੰ ਲੋੜ ਹੈ ਉਹ ਹੈ ਨੌਜਵਾਨਾਂ ਨੂੰ ਰੀਹੈਬਿਲੀਟੇਟ ਕਰਨ ਦੀ, ਜੋ ਨੌਜਵਾਨਾਂ ਨੂੰ ਨਸ਼ੇ 'ਚੋਂ ਬਾਹਰ ਕੱਢਣ ਦੀ। ਮੈਂ ਤੁਹਾਨੂੰ ਬੜਾ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਹੁਣ ਸਾਡੀ ਸਰਕਾਰ ਨੇ ਜਦੋਂ ਸਿਵਲ ਹੋਸਪਿਟਲਸ ਵਿੱਚ ਨਸ਼ਾ ਛਡਾਓ ਲਈ ਸਾਰੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਤੁਸੀਂ ਆਓ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ, ਅਤੇ ਬਹੁਤ ਵੱਡੀ ਤਾਦਾਦ ਵਿੱਚ ਜੋ ਲੋਕ ਸਾਡੇ ਨਾਲ ਸਹਿਮਤ ਹੋ ਕੇ ਸਿਵਲ ਹੋਸਪਿਟਲਸ ਵਿੱਚ ਜਾ ਕੇ ਨਸ਼ਾ ਛਡਾਓ ਕੇਂਦਰਾਂ 'ਚ ਆਪਣੇ ਆਪ ਨੂੰ ਰਜਿਸਟਰ ਕਰਾ ਰਹੇ ਨੇ। ਅਤੇ ਮੈਂ ਇੱਕ ਹੋਰ ਗੱਲ ਛੋਟੀ ਜਿਹੀ ਜ਼ਰੂਰ ਕਰਨਾ ਚਾਹੁੰਦਾ ਕਿ ਸਾਨੂੰ ਲੋੜ ਹੈ ਕਿ ਜਿਹੜਾ ਬੰਦਾ ਨਸ਼ੇ ਕਰਦਾ ਹੈ ਅਸੀਂ ਉਹਨੂੰ ਨਸ਼ੇੜੀ ਨਾ ਆਖੀਏ। ਉਹ ਬੰਦਾ ਨਸ਼ੇੜੀ ਨਹੀਂ, ਉਹ ਬੰਦਾ ਪੀੜਿਤ ਹੈ। ਸਾਨੂੰ ਉਸ ਬੰਦੇ ਨੂੰ ਸਾਡੀ ਸੁਸਾਇਟੀ 'ਚ ਕੀ ਹੁੰਦਾ ਕਿ ਇਹ ਨਸ਼ੇੜੀ ਹੈ ਜੀ, ਇਹਨਾਂ ਤੋਂ ਦੂਰ ਰੱਖ ਦਿੰਦੇ ਨੇ, ਦੂਰ ਹੋ ਜੇ ਕਰ ਦਿੰਦੇ ਨੇ ਆਪਣੇ ਆਪ ਤੋਂ। ਸਾਨੂੰ ਲੋੜ ਆ ਉਹਨਾਂ ਨੂੰ ਗਲੇ ਲਾਉਣ ਦੀ, ਉਹਨਾਂ ਨੂੰ ਪਿਆਰ ਦੇਣ ਦੀ, ਅਤੇ ਪਿਆਰ ਨਾਲ ਉਹਨਾਂ ਨੂੰ ਵਾਪਸ ਸਹੀ ਰਸਤੇ 'ਤੇ ਲਿਆਉਣ ਦੀ। ਅਤੇ ਯੂਥ ਕਾਂਗਰਸ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਬਹੁਤ ਅੱਛਾ ਜੋ ਪ੍ਰੋਗਰਾਮ ਹੈ ਸਾਡੀ ਹਜੇ ਪਲੈਨਿੰਗ ਚੱਲ ਰਹੀ ਹੈ, ਸੋ ਬਹੁਤ ਜਲਦ ਅਸੀਂ ਇਸ 'ਤੇ ਵੀ ਕੰਮ ਸ਼ੁਰੂ ਕਰਾਂਗੇ, ਕਿਉਂਕਿ ਸਾਨੂੰ ਬਹੁਤ ਲੋੜ ਹੈ ਨੌਜਵਾਨਾਂ ਨੂੰ ਰੀਹੈਬਿਲੀਟੇਟ ਕਰਨ ਦੀ। ਹਾਂ, ਇਹ ਲੋੜ ਵੀ ਹੈਗੀ ਹੈ, ਬਿਕੋਜ਼ ਨੌਜਵਾਨਾਂ ਦਾ ਵਿਸ਼ਵਾਸ ਤੁਸੀਂ ਜਿੱਤਣਾ ਆ ਹਾਲੇ, ਕਿਉਂਕਿ ਉਹ ਜਿਹੜਾ ਵਿਸ਼ਵਾਸ ਕਾਂਗਰਸ ਬਣਾ ਨਹੀਂ ਪਾਈ। ਅਤੇ ਨੌਜਵਾਨ ਅੱਜ ਸੋਸ਼ਲ ਮੀਡੀਆ ਦੇ ਵਿੱਚ ਜਿਵੇਂ ਪਹਿਲਾਂ ਇੱਕ ਲਹਿਰ ਦੀ ਚੱਲਦੀ ਜਾ ਰਹੀ ਵੀ ਕਾਂਗਰਸ ਕੁਛ ਕਰ ਨਹੀਂ ਰਹੀ, ਤਾਂ ਤੁਹਾਡੇ ਵਾਸਤੇ ਬੜੀ ਇੱਕ ਵੱਡੀ ਜ਼ਿੰਮੇਵਾਰੀ ਹੈ ਵੀ ਇਹਨੂੰ ਕੁਛ ਜਿੱਤਣਾ। ਸਿੱਧੂ ਸਾਹਿਬ, ਇੱਕ ਹੁਣ ਜਿਹੜੀ ਆਪਾਂ ਫਿਰ ਵਾਰ ਵਾਰ ਗੱਲ ਆਪਾਂ ਨੌਜਵਾਨਾਂ ਦੀ ਕਰ ਰਹੇ ਹਾਂ, ਕਿਉਂਕਿ ਤੁਸੀਂ ਇੱਕ ਨੌਜਵਾਨਾਂ ਦੇ ਇੱਕ ਅਹੁਦੇ ਦੇ ਉੱਤੇ ਬਿਰਾਜਮਾਨ ਹੋ। PU ਦੇ ਵਿੱਚ ਇਲੈਕਸ਼ਨ ਆ ਰਹੇ ਨੇ 7 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ, ਅਤੇ ਤੁਹਾਡਾ ਵਿੰਗ ਉੱਥੇ ਬੜਾ ਸਟਰੋਂਗ ਹੈ, ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ NSY। ਤੁਸੀਂ ਆਪਣੇ ਐਂਗਲ ਤੋਂ ਯੂਨੀਵਰਸਿਟੀ ਦੇ ਵਿੱਚ ਕੀ ਕਰ ਰਹੇ ਹੋ, ਅਤੇ ਇੱਕ ਗੱਲ ਇਹਦੇ ਨਾਲ ਇੱਕ ਹੋਰ ਗੱਲ ਕਵਰ ਕਰ ਦਿਓ, ਤੁਹਾਨੂੰ ਕਿੰਨਾ ਕੁ ਸਹੀ ਲੱਗਦਾ ਇੱਕ ਬਾਹਰਲੀ ਪਾਰਟੀ ਜਾ ਕੇ ਸਟੂਡੈਂਟਸ ਦੇ ਵਿੱਚ ਪੋਲੀਟਿਕਸ ਕਰੇ? ਦੇਖੋ ਜੀ, ਜਿੱਥੋਂ ਤੱਕ ਤੁਸੀਂ ਪਹਿਲਾਂ ਤਾਂ ਮੈਂ ਤੁਹਾਡੀ ਬਾਹਰਲੀ ਪਾਰਟੀ ਦੀ ਗੱਲ ਕਰਦਾ, NSY ਪਾਰਟੀ ਕੋਈ ਬਾਹਰਲੀ ਪਾਰਟੀ ਨਹੀਂ ਹੈ। NSY ਪਾਰਟੀ ਇਸ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਦਾ ਇੱਕ ਸਟੂਡੈਂਟ ਵਿੰਗ ਹੈ। ਨਹੀਂ ਨਹੀਂ, ਮੇਰਾ ਕਹਿਣ ਦਾ ਭਾਵ ਕਿ ਜਿਹੜੇ ਸਟੂਡੈਂਟਸ ਦੀ ਪੋਲੀਟਿਕਸ ਦੇ ਵਿੱਚ ਤੁਸੀਂ ਆਪਣੇ ਜੋ ਬਾਹਰਲੇ ਲੀਡਰਸ ਨੇ ਉਹ ਜਾ ਕੇ ਪੋਲੀਟਿਕਸ ਕਰਨ ਦਾ? ਦੇਖੋ, ਸਾਨੂੰ ਤਾਂ ਸਿਰਫ ਸਾਡੀ ਜੋ ਪਾਰਟੀ ਦਾ ਮਕਸਦ ਹੈ ਅਸਲ 'ਚ ਉਹ ਇਹ ਹੈ, ਅਸੀਂ ਇਸ ਦੇਸ਼ ਨੂੰ ਉਹਨਾਂ ਤਾਕਤਾਂ ਤੋਂ ਬਚਾਉਣਾ ਚਾਹੁੰਦੇ ਹਾਂ ਜੋ ਸਾਡੇ ਦੇਸ਼ ਨੂੰ ਜ਼ਾਤ ਦੇ ਨਾਂ 'ਤੇ, ਮਜ਼ਹਬ ਦੇ ਨਾਂ 'ਤੇ, ਅਤੇ ਹੁਣ ਤਾਂ ਤੁਸੀਂ ਰੀਸੈਂਟ ਦੇਖਿਆ ਹੋਣਾ ਸੜਕਾਂ 'ਤੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਬੜੀਆਂ ਥਾਵਾਂ 'ਤੇ, ਔਰਤਾਂ 'ਤੇ ਅੱਤਿਆਚਾਰ। ਸੋ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰੀ ਕਿ ਜਿਹੜੇ ਨੌਜਵਾਨ ਵਰਗ ਹੈ ਇਹਨਾਂ ਤੋਂ ਕ੍ਰਾਂਤੀ ਹਮੇਸ਼ਾ ਸ਼ੁਰੂ ਹੁੰਦੀ ਹੈ, ਅਤੇ ਅਸੀਂ ਨੌਜਵਾਨ ਵਰਗ ਨੂੰ ਆਪਣੀ ਪਾਰਟੀ ਨਾਲ ਜੋੜਨਾ ਚਾਹੁੰਦੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹੀ ਨੌਜਵਾਨ ਜੋ ਸਟੂਡੈਂਟਸ ਵਿੱਚੋਂ ਉੱਠ ਕੇ ਆਉਣਗੇ ਸਾਡੇ ਦੇਸ਼ ਦਾ ਅੱਛਾ ਭਵਿੱਖ ਬਣਾਉਣ, ਭਾਵੇਂ ਉਹ ਸਿਆਸਤਦਾਨ ਦੇ ਤੌਰ 'ਤੇ ਹੋਏ,
ਭਾਵੇਂ ਉਹ ਡਾਕਟਰ ਹੋਣ, ਇੰਜੀਨੀਅਰ ਹੋਣ, ਲਾਇਰਸ ਹੋਣ, ਹਰ ਤਰ੍ਹਾਂ ਦੇ ਅਫਸਰ, ਬਿਜ਼ਨਸਮੈਨ ਇਸ ਯੂਨੀਵਰਸਿਟੀ 'ਚੋਂ ਨਿਕਲਣੇ ਆ। ਸੋ ਅਸੀਂ ਉਹਨਾਂ ਨੂੰ ਇੱਕ ਚੰਗੀ ਸੇਧ ਦੇਣ ਲਈ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਆਪਣੀ ਪਾਰਟੀ ਨਾਲ ਜੋੜਨਾ ਚਾਹੁੰਦੇ ਹਾਂ, ਤਾਂ ਕਿ ਉਹਨਾਂ ਦਾ ਜੋ ਫਿਊਚਰ ਹੈ ਅਤੇ ਜਿਹੜੀਆਂ ਸਟੂਡੈਂਟਸ ਦੇ ਹੱਕ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ, ਉਹਨਾਂ ਦੇ ਹੱਕ ਉਹਨਾਂ ਦਵਾਏ ਜਾਣ। ਅਤੇ ਤੁਸੀਂ ਇੱਕ ਮਤਲਬ ਤੁਸੀਂ ਵਿਸ਼ਵਾਸ ਰੱਖਦੇ ਹੋ ਕਿ ਇਸ ਵਾਰੀ NSUI ਜਿੱਤ ਪ੍ਰਾਪਤ ਕਰੇਗੀ? ਮੈਨੂੰ ਕੋਈ ਮੇਰੇ ਮਨ 'ਚ ਇਹੋ ਜਿਹਾ ਡਾਊਟ ਨਹੀਂ ਹੈ ਕਿ NSUI ਜਿੱਤ ਨਹੀਂ ਪ੍ਰਾਪਤ ਕਰੇਗੀ। 100% ਅਸੀਂ ਪੰਜਾਬ ਯੂਨੀਵਰਸਿਟੀ ਦੀ ਚੋਣ ਜਿੱਤਾਂਗੇ ਅਤੇ ਇੱਕ ਕਨਵਿੰਸਿੰਗ ਮਾਰਜਨ ਨਾਲ ਜਿੱਤਾਂਗੇ। ਦੂਸਰਾ ਇੱਕ ਹੋਰ ਸਵਾਲ ਹੈ, ਕੈਪਟਨ ਸਾਹਿਬ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਕਾਲਜਾਂ ਦੇ ਵਿੱਚ ਚੋਣਾਂ ਜ਼ਰੂਰੀ ਕਰ ਦੇਣੀਆਂ। ਉਹ ਇੱਕ ਬੜਾ ਇੱਕ ਕਹਿਣ ਦਾ ਜੇ ਪ੍ਰਸਿੱਧੀ ਦੀ ਲੈਂਗੁਏਜ 'ਚ ਕਹੀਏ ਤਾਂ ਖਲਾਰਾ ਜਿਹਾ ਪੈ ਜਾਣਾ ਨੌਜਵਾਨਾਂ ਦਾ ਬੜਾ। ਉਹਦਾ ਕੋਈ ਤੁਸੀਂ ਤੁਹਾਡੇ ਹੱਥ 'ਚ ਹੀ ਹੋਣੀ ਕਮਾਂਡ ਉਹਦੀ ਸਾਰੀ, ਕਿਉਂਕਿ ਤੁਸੀਂ ਯੂਥ ਵਾਲੇ ਹੋ, ਤਾਂ ਤੁਸੀਂ ਉਹਨੂੰ ਕੋਈ ਸਟ੍ਰੈਟੇਜੀ ਖਾਸ ਬਣਾਈ? ਦੇਖੋ ਜੀ, ਜਦੋਂ ਇਹ ਇਲੈਕਸ਼ਨਸ ਦਾ ਜੋ ਮੁੱਦਾ ਹੈ ਇਹ ਜਦੋਂ ਇੰਪਲੀਮੈਂਟ ਹੋਏਗਾ, ਪੰਜਾਬ ਯੂਥ ਕਾਂਗਰਸ ਪੂਰੇ ਆਪਣੀ ਜ਼ਿੰਮੇਵਾਰੀ ਨਾਲ, ਨਾ ਹੀ ਪੰਜਾਬ ਯੂਥ ਕਾਂਗਰਸ ਬਲਕਿ ਮੇਨ ਕਾਂਗਰਸ ਪਾਰਟੀ ਵੀ ਅਤੇ NSUI ਵੀ, ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਇਹ ਇੱਕ ਸਾਡਾ ਮੰਤਵ ਰਹੇਗਾ ਕਿ ਇੱਕ ਤਾਂ ਕਾਲਜਾਂ ਦਾ ਮਾਹੌਲ ਖਰਾਬ ਅਸੀਂ ਨਹੀਂ ਹੋਣ ਦੇਣਾ ਅਤੇ ਬੱਚਿਆਂ ਦੀ ਜੋ ਪੜ੍ਹਾਈ ਹੈ ਉਸ 'ਤੇ ਕੋਈ ਇਸ ਚੀਜ਼ ਦਾ ਅਸਰ ਨਾ ਹੋਵੇ। ਬਿਲਕੁਲ, ਕਿਉਂਕਿ ਜੇ ਵਿਦਿਆਰਥੀ ਚੋਣਾਂ ਹੁੰਦੀਆਂ ਤਾਂ ਉਹ ਵਿਦਿਆਰਥੀਆਂ ਦੇ ਹਿੱਤਾਂ ਲਈ ਹੁੰਦੀਆਂ ਨੇ, ਨਾ ਕਿ ਉਹਨਾਂ ਨੂੰ ਗਲਤ ਪਾਸੇ ਲਿਜਾਣ ਲਈ। ਸੋ ਅਸੀਂ ਪੂਰੀ ਆਪਣੀ ਡਿਊਟੀ ਦੇਵਾਂਗੇ, ਜ਼ਿੰਮੇਵਾਰੀ ਨਾਲ ਇਹ ਚੋਣਾਂ ਕਰਾਈਆਂ ਜਾਣਗੀਆਂ ਅਤੇ ਅਸੀਂ ਪੂਰਾ ਆਸ ਰੱਖਦੇ ਹਾਂ ਕਿ ਸਟੂਡੈਂਟਸ ਸਾਡੇ ਨਾਲ ਸਹਿਮਤ ਹੋਣਗੇ, ਸਾਡੀ ਸੋਚ ਸਾਡੀ ਵਿਚਾਰਧਾਰਾ ਨਾਲ ਸਹਿਮਤ ਹੋਣਗੇ। ਤੁਹਾਡੀਆਂ ਅਸੀਂ ਆਮ ਤੌਰ 'ਤੇ ਜੋ ਫੇਸਬੁੱਕ ਅਪਡੇਟਸ ਦੇਖਦੇ ਹਾਂ ਜਾਂ ਅਖਬਾਰਾਂ 'ਤੇ ਖਬਰਾਂ ਪੜ੍ਹਦੇ ਹਾਂ, ਜ਼ਿਆਦਾਤਰ ਤੁਹਾਡਾ ਮੋਹਾਲੀ ਏਰੀਏ ਦੇ ਵਿੱਚ ਕੋਈ ਸੰਘਰਸ਼ ਹੁੰਦਾ ਜਾਂ ਕਿਤੇ ਵੀ ਕੋਈ ਧਰਨਾ ਹੁੰਦਾ ਉਹ ਮੋਦੀ ਮੁਰਦਾਬਾਦ ਹੀ ਹੁੰਦਾ, ਤਾਂ ਕੁਛ ਉਹਦੇ 'ਚ ਲੋਕ ਤੁਹਾਡੇ ਨਾਲ ਜੁੜਦੇ ਕੀ ਤੁਹਾਡਾ, ਜਿਵੇਂ ਹੁਣ ਤੁਸੀਂ ਹੁਣ ਕੱਲ੍ਹ ਹੀ ਦੇ ਕੇ ਹਟਿਓ ਬੜੀ ਵੱਡੀ ਜਿਹੜਾ ਕਪਲਾ ਹੋ ਜਾਂਦੇ ਦੇ ਖਿਲਾਫ, ਹਾਂਜੀ, ਤਾਂ ਇਹਨਾਂ ਚੀਜ਼ਾਂ ਬਾਰੇ ਤੁਹਾਡੇ ਕੀ ਵਿਚਾਰ ਨੇ, ਵੀ ਇਹ ਕਿਸ ਹੱਦ ਤੱਕ ਦੇਸ਼ ਨੂੰ ਖਾ ਰਹੀਆਂ ਅਤੇ ਤੁਹਾਡਾ ਕੀ ਰੋਲ? ਦੇਖੋ ਜੀ, ਮੋਹਾਲੀ ਦੀ ਮੈਂ ਗੱਲ ਕਰਾਂ, ਮੋਹਾਲੀ ਮੇਰੀ ਜਨਮ ਭੂਮੀ ਹੈ। ਬਿਲਕੁਲ, ਮੇਰੀ ਮੇਰੇ ਪਰਿਵਾਰ ਦੀ ਕਰਮ ਭੂਮੀ ਹੈ। ਸਾਨੂੰ ਤਕਰੀਬਨ ਮੇਰੇ ਪਿਤਾ ਜੀ 18-19 ਸਾਲ ਦੇ ਸੀ ਜਦੋਂ ਇਸ ਸ਼ਹਿਰ 'ਚ ਆ ਕੇ ਰਹਿਣ ਲੱਗੇ ਅਤੇ ਇਹ ਸ਼ਹਿਰ ਹੈ ਜੋ ਆਪਣੀ ਅੱਖਾਂ ਅੱਗੇ ਵੱਸਦਾ ਹੋਇਆ ਦੇਖਿਆ ਉਹਨਾਂ ਨੇ। ਸੋ ਮੋਹਾਲੀ ਨਾਲ ਜੋ ਮੇਰਾ, ਮੋਹਾਲੀ ਤਾਂ ਮੇਰਾ ਘਰ ਹੈ। ਬਿਲਕੁਲ, ਠੀਕ ਹੈ ਨਾ। ਸੋ ਮੈਂ ਮੋਹਾਲੀ ਨੂੰ ਕਦੇ ਵੀ ਨਹੀਂ ਛੱਡਾਂਗਾ ਅਤੇ ਜੇ ਮੈਂ ਆਪਣਾ ਕੁਛ ਵੀ ਕਰੀਅਰ ਦਾ ਸਟਾਰਟ ਕਰਾਂਗਾ ਤਾਂ ਉਹ ਹਮੇਸ਼ਾ ਮੋਹਾਲੀ ਤੋਂ ਹੀ ਹੋਵੇਗਾ। ਅਤੇ ਜਿੱਥੋਂ ਤੱਕ ਤੁਸੀਂ ਕੱਲ੍ਹ ਦੇ ਧਰਨੇ ਦੀ ਜਾਂ ਮੋਦੀ ਸਰਕਾਰ ਦੀ ਗੱਲ ਕੀਤੀ ਹੈ, ਮੋਦੀ ਸਰਕਾਰ ਨੇ ਪਿਛਲੇ ਸਮੇਂ 'ਚ ਨੌਜਵਾਨਾਂ ਨੂੰ ਠੱਗਣ ਦਾ ਕੰਮ ਬਹੁਤ ਬਾਖੂਬੀ ਕੀਤਾ। ਤੁਸੀਂ ਦੇਖਿਆ ਹੋਣਾ ਕਿ ਮੋਦੀ ਸਾਹਿਬ ਨੇ ਬਹੁਤ ਜੁਮਲੇ ਛੱਡੇ ਕਿ ਜੀ 15 ਲੱਖ ਤੁਹਾਡੇ ਬੈਂਕ ਅਕਾਊਂਟਾਂ 'ਚ ਆ ਜਾਏਗਾ, 2 ਕਰੋੜ ਨੌਕਰੀ ਹਰ ਸਾਲ। ਤੁਸੀਂ ਸਰਕਾਰੀ ਅੰਕੜਾ ਕਢਾ ਕੇ ਦੇਖੋ, ਜਿਹੜੀ ਗੱਲ ਇਹ ਕਹਿੰਦੇ ਸੀ 2 ਕਰੋੜ, ਹੁਣ 4.5 ਸਾਲ ਹੋ ਗਿਆ, ਹੁਣ ਤੱਕ ਉਹ 9 ਕਰੋੜ ਨੌਕਰੀਆਂ ਹੋ ਜਾਣੀਆਂ ਚਾਹੀਦੀਆਂ ਸੀ। ਬਿਲਕੁਲ, ਅਤੇ ਸਰਕਾਰੀ ਅੰਕੜਾ ਉਹ ਜੋ ਸਰਕਾਰੀ ਅੰਕੜਾ ਉਹ 5 ਲੱਖ ਵੀ ਪਾਰ ਨਹੀਂ ਕਰ ਸਕਿਆ। ਸੋ ਇਸ ਫਰੰਟ 'ਤੇ ਮੋਦੀ ਸਰਕਾਰ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਹੈ। ਸਾਡੇ ਨੌਜਵਾਨਾਂ ਨੂੰ ਬਹੁਤ ਉਮੀਦ ਸੀ ਇਸ ਸਰਕਾਰ ਤੋਂ, ਕਿਉਂਕਿ ਵੱਡੇ ਗਿਣਤੀ ਵਿੱਚ ਨੌਜਵਾਨਾਂ ਨੇ ਮੋਦੀ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਇਆ ਸੀ, ਪਰ ਮੋਦੀ ਸਾਹਿਬ ਨੇ ਉਹਨਾਂ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਕੀਤਾ। ਤੁਸੀਂ ਵੀ ਕੀਤਾ, ਕੈਪਟਨ ਸਰਕਾਰ ਨੇ ਵੀ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ, 2 ਸਾਲ ਹੋ ਗਏ। ਕੈਪਟਨ ਸਰਕਾਰ ਨੇ ਸਮਾਰਟਫੋਨ ਕਹੇ ਬੜੇ ਵਾਅਦੇ ਕੀਤੇ ਸੀ। ਦੇਖੋ ਜੀ, ਤੁਸੀਂ ਉਹਨਾਂ ਵਾਅਦੇ ਦੇ ਵਿੱਚ ਜੋ ਸਮਾਰਟਫੋਨ ਦੀ ਗੱਲ ਹੈ ਉਹਦੇ ਟੈਂਡਰਿੰਗ ਜਾਰੀ ਹੈ, ਬਹੁਤ ਜਲਦ ਸਮਾਰਟਫੋਨ ਆ ਜਾਣਗੇ। ਕਿਉਂਕਿ ਸਰਕਾਰ ਜਦੋਂ ਬਣੀ ਹੈ ਤਾਂ ਇੱਕ ਬਾਦਲ ਸਰਕਾਰ ਸਾਡੇ ਲਈ ਕੰਡਿਆਂ ਦੀ ਸੇਜ ਛੱਡ ਕੇ ਗਈ ਸੀ, ਸਾਡੇ ਉੱਤੇ ਤਕਰੀਬਨ 4 ਜਾਂ 5 ਲੱਖ ਕਰੋੜ ਦਾ ਕਰਜ਼ਾ ਸੀ।
ਤੇ ਉਸ ਕਰਜ਼ੇ ਦੇ ਬਾਵਜੂਦ ਕੈਪਟਨ ਸਾਹਿਬ ਨੇ ਇਸ ਸਰਕਾਰ ਨੂੰ ਸੰਭਾਲਿਆ ਤੇ ਸਾਨੂੰ ਦੁਬਾਰਾ ਇਸ ਪੰਜਾਬ ਨੂੰ ਤਰੱਕੀ ਦੀ ਲੀਹ ਤੇ ਪਾਉਣ ਤੇ ਕੈਪਟਨ ਸਾਹਿਬ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਜਿੱਥੋਂ ਤੱਕ ਨੌਕਰੀਆਂ ਦੀ ਗੱਲ ਹੈ ਵੱਡੀਆਂ ਵੱਡੀਆਂ ਕੰਪਨੀਆਂ ਨਾਲ ਤਕਰੀਬਨ ਡੇਲੀ ਕੈਪਟਨ ਸਾਹਿਬ ਦੀ ਮੀਟਿੰਗ ਹੋ ਰਹੀ ਹੈ ਕਿਉਂਕਿ ਜੇ ਨੌਕਰੀਆਂ ਪੈਦਾ ਕਰਨੀਆਂ ਰੁਜ਼ਗਾਰ ਪੈਦਾ ਕਰਨੇ ਆ ਤਾਂ ਸਾਨੂੰ ਇੱਥੇ ਇੰਡਸਟਰੀ ਲਗਾਉਣੀ ਪਏਗੀ ਸਾਨੂੰ ਇੱਥੇ ਵੱਡੀਆਂ ਕੰਪਨੀਆਂ ਨੂੰ ਪ੍ਰੋਤਸਾਹਿਤ ਕਰਨਾ ਪਊਗਾ ਕਿ ਤੁਸੀਂ ਸਾਡੇ ਪੰਜਾਬ 'ਚ ਆ ਕੇ ਇਨਵੈਸਟ ਕਰੋ ਸੋ ਕੈਪਟਨ ਸਾਹਿਬ ਆਪਣੇ ਵਾਅਦੇ 'ਤੇ ਪੂਰੇ ਖੜ੍ਹੇ ਹੋਏ ਨੇ ਅਤੇ ਪੂਰਾ ਡਟ ਕੇ ਉਹ ਇਸ ਵਾਅਦੇ ਨੂੰ ਪੂਰਾ ਕਰਨ ਲਈ ਦਿਨ ਰਾਤ ਯਤਨ ਕਰ ਰਹੇ ਨੇ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣਾ ਜੋ ਨੌਕਰੀਆਂ ਦਾ ਵਾਅਦਾ ਸੀ ਉਹ ਜ਼ਰੂਰ ਪੂਰਾ ਕਰਾਂਗੇ ਅਤੇ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਕਿ ਸਰਕਾਰੀ ਮਹਿਕਮਿਆਂ 'ਚ ਵੀ ਕਾਫੀ ਵੈਕੈਂਸੀਆਂ ਪਈਆਂ ਨੇ ਜੋ ਬਹੁਤ ਜਲਦ ਉਹਨਾਂ 'ਤੇ ਕੰਮ ਚਾਲੂ ਹੋ ਚੁੱਕਿਆ ਅਤੇ ਬਹੁਤ ਜਲਦ ਕਾਫੀ ਰੁਜ਼ਗਾਰ ਜੋ ਸਰਕਾਰੀ ਨੌਕਰੀਆਂ ਹੋਣਗੀਆਂ ਉਹ ਵੀ ਬਹੁਤ ਪੈਦਾ ਹੋ ਰਹੀਆਂ ਨੇ ਅਤੇ ਬਹੁਤ ਜਲਦ ਕਾਫੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ 'ਚ ਵੀ ਰੁਜ਼ਗਾਰ ਮਿਲੇਗਾ ਆਪਾਂ ਗੱਲ ਤੁਹਾਡੇ ਇਲਾਕੇ ਦੀ ਕਰਦੇ ਹਾਂ ਬਿਲਕੁਲ ਜੀ ਮੋਹਾਲੀ ਇਲਾਕੇ ਦੇ ਵਿੱਚ ਬਲਬੀਰ ਸਿੰਘ ਸਿੱਧੂ ਦਾ ਇਹ ਰਿਕਾਰਡ ਰਿਹਾ ਜੋ ਆਮ ਆਪਾਂ ਸੁਣਦੇ ਹਾਂ ਹਰੇਕ ਬੰਦਾ ਹੀ ਕਹਿੰਦਾ ਕਹਿੰਦੇ ਵੀ ਬਲਬੀਰ ਸਿੰਘ ਸਿੱਧੂ ਨੂੰ ਕੋਈ ਕਾਰਡ ਦੇ ਕੇ ਭੁੱਲ ਜਾਂਦਾ ਨਾ ਤਾਂ ਉੱਥੇ ਵੀ ਚਲੇ ਜਾਂਦੇ ਵੀ ਬੰਦਾ ਸੋਚਦਾ ਵੀ ਹੁਣ ਸਿੱਧੂ ਸਾਹਿਬ ਨੇ ਮੇਰੇ ਕਾਹਦਾ ਆਉਣਾ ਉੱਥੇ ਵੀ ਚਲੇ ਜਾਂਦੇ ਸੀ ਬਿਲਕੁਲ ਇੱਦਾਂ ਦਾ ਉਹਨਾਂ ਦੀ ਰੈਪੂਟੇਸ਼ਨ ਰਹੀ ਹੈ ਹੁਣ ਮੰਤਰੀ ਬਣ ਗਏ ਹੁਣ ਉਹਨਾਂ ਕੋਲ ਆ ਗਿਆ ਸਾਰਾ ਪੰਜਾਬ ਮੋਹਾਲੀ ਇਲਾਕੇ ਨੂੰ ਸੰਭਾਲਣ ਲਈ ਇਕੱਲੇ ਇਲਾਕੇ ਨੂੰ ਸੰਭਾਲਣਾ ਔਖਾ ਹੈ ਉਹ ਸਾਰੀ ਕਮਾਂਡ ਤੁਹਾਡੇ ਹੱਥ ਦੇ ਵਿੱਚ ਹੈ ਤੁਸੀਂ ਉਹ ਰੈਪੂਟੇਸ਼ਨ ਨੂੰ ਬਰਕਰਾਰ ਰੱਖ ਪਾ ਰਹੇ ਹੋ ਸੰਭਾਲ ਪਾ ਰਹੇ ਹੋ ਜਾਂ ਕੁਛ ਬਿਲਕੁਲ ਜੀ ਹੋ ਰਹੀ ਹੈ ਦੇਖੋ ਅਸੀਂ ਤਾਂ ਸਿਆਸਤ ਆਪਣੇ ਪਿਤਾ ਜੀ ਤੋਂ ਸਿੱਖੀ ਹੈ ਅਤੇ ਅੱਜ ਵੀ ਜਦੋਂ ਵੀ ਲੋੜ ਹੁੰਦੀ ਹੈ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਦੀ ਕੋਸ਼ਿਸ਼ ਕਰੀਦੀ ਹੈ ਜੇ ਤੁਸੀਂ ਜੇ ਕੋਈ ਲੀਡਰ ਆਪਣੇ ਹਲਕੇ ਦੇ ਲੋਕਾਂ ਨੂੰ ਐਕਸੈਸੀਬਲ ਨਹੀਂ ਹੈ ਤਾਂ ਉਹ ਹਲਕੇ ਦਾ ਦਰਦ ਨਹੀਂ ਜਾਣ ਸਕਦਾ ਖਾਸ ਤੌਰ 'ਤੇ ਜੇ ਮੋਹਾਲੀ ਸ਼ਹਿਰ ਦੀ ਗੱਲ ਹੈ ਤਾਂ ਮੋਹਾਲੀ ਸ਼ਹਿਰ ਸਾਡਾ ਹਲਕਾ ਨਹੀਂ ਹੈ ਸਾਡਾ ਘਰ ਹੈ ਮੋਹਾਲੀ ਸ਼ਹਿਰ ਦੇ ਲੋਕਾਂ ਨਾਲ ਸਾਡਾ ਕੋਈ ਸਿਆਸੀ ਸੰਬੰਧ ਨਹੀਂ ਹੈ ਸਾਡਾ ਨਿੱਜੀ ਸੰਬੰਧ ਨੇ ਪਰਸਨਲ ਰਿਲੇਸ਼ਨਸ ਨੇ ਸੋ ਸਾਨੂੰ ਇੱਕ ਗੱਲ ਪਿਤਾ ਜੀ ਨੇ ਪੱਕੀ ਸਿਖਾਈ ਹੈ ਕਿ ਮੈਂ ਹੋਵਾਂ ਤਾਂ ਮੈਂ ਜ਼ਰੂਰ ਜਾਵਾਂਗਾ ਜੇ ਮੈਂ ਨਹੀਂ ਹਾਂ ਤਾਂ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਹਰ ਪ੍ਰੋਗਰਾਮ ਵਿੱਚ ਹਾਜ਼ਰੀ ਲਗਾ ਕੇ ਆਏਗਾ ਅਤੇ ਉਸ ਗੱਲ 'ਤੇ ਅਸੀਂ ਪੂਰੇ ਬਰਕਰਾਰ ਹਾਂ ਅਤੇ ਮੈਂ ਹਾਂ ਮੇਰੇ ਚਾਚਾ ਜੀ ਵੀ ਹੈਗੇ ਨੇ ਪਿਤਾ ਜੀ ਨੇ ਜੇ ਪਿਤਾ ਜੀ ਬਿਜ਼ੀ ਹੁੰਦੇ ਆ ਤਾਂ ਮੈਂ ਚਲੇ ਜਾਂਦਾ ਜੇ ਅਸੀਂ ਕਿਤੇ ਬਿਜ਼ੀ ਹੋ ਜਾਈਏ ਤਾਂ ਚਾਚਾ ਜੀ ਚਲੇ ਜਾਂਦੇ ਨੇ ਮਤਲਬ ਸਾਡੇ ਪਰਿਵਾਰ 'ਚੋਂ ਅਸੀਂ ਹਰ ਇਨਸਾਨ ਦੇ ਦੁੱਖ ਸੁੱਖ 'ਚ ਸ਼ਾਮਿਲ ਹੋਣ ਦਾ ਪੂਰਾ ਯਤਨ ਕਰਦੇ ਹਾਂ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਸਾਨੂੰ ਲੋਕਾਂ ਨੇ ਬਹੁਤ ਪਿਆਰ ਦੇ ਕੇ ਸਾਨੂੰ ਤੀਜੀ ਵਾਰ ਇੱਕ ਐਡੇ ਵੱਡੇ ਮਾਰਜਿਨ ਨਾਲ ਦੁਬਾਰਾ MLA ਬਣਾਇਆ ਸਿੱਧੂ ਸਾਹਿਬ ਆਪਾਂ ਗੱਲ ਤੁਹਾਡੇ ਕਰੀਅਰ ਦੀ ਕਰੀਏ ਤਾਂ ਤੁਸੀਂ ਲਾਅ ਗ੍ਰੈਜੂਏਟ ਹੋ ਬਿਲਕੁਲ ਜੀ ਔਰ ਤੁਸੀਂ ਹਾਈਕੋਰਟ ਜਾਂਦੇ ਵੀ ਹੋ ਬਿਲਕੁਲ ਹੁਣ ਸ਼ਾਇਦ ਤੁਸੀਂ ਛੱਡ ਦਿੱਤਾ ਹੋਵੇ ਪਰ ਉਹ ਤੁਸੀਂ ਜੋ ਯੂਜ਼ੁਅਲੀ ਜਦੋਂ ਤੁਸੀਂ ਮਤਲਬ ਇੱਕ ਲਾਅ ਗ੍ਰੈਜੂਏਟ ਬੰਦਾ ਤੁਸੀਂ ਆਮ ਤੌਰ 'ਤੇ ਕਹਿੰਦੇ ਸੀ ਸਿੱਧੂ ਰੂਪੀ ਸਿੱਧੂ ਵਕੀਲ ਨਾਮ ਕਹਿ ਕੇ ਲੋਕ ਬੁਲਾਉਂਦੇ ਸੀ ਹੁਣ ਤੁਸੀਂ ਰਾਜਨੀਤੀ 'ਚ ਪੈਰ ਧਰ ਲਿਆ ਜਰਾ ਇੱਕ ਅੰਸਰ ਇੱਕ ਸ਼ਬਦ ਦੇ ਵਿੱਚ ਜੇ ਤੁਸੀਂ ਅੰਸਰ ਦੇ ਸਕੋ ਵਕਾਲਤ ਜਾਂ ਰਾਜਨੀਤੀ ਮੈਂ ਕਹੂੰਗਾ ਦੋਨੋਂ ਕਿਉਂਕਿ ਵਕਾਲਤ ਅਸਲ 'ਚ ਗੱਲ ਇਹ ਹੈ ਕਿ ਜੀ ਕਿ ਇੱਕ ਤੁਹਾਡਾ ਪੈਸ਼ਨ ਵੀ ਹੁੰਦਾ ਸੋ ਮੈਨੂੰ ਪੈਸ਼ਨ ਹੈ ਵਕਾਲਤ ਦਾ ਮੈਂ ਵਕਾਲਤ ਨੂੰ ਮੈਂ ਛੱਡਦਾ ਵਕਾਲਤ ਮੈਨੂੰ ਨਹੀਂ ਛੱਡਦੀ ਅਤੇ ਹਾਂ ਇਹ ਜ਼ਰੂਰ ਹੈ ਕਿ ਜਦੋਂ ਦੇ ਮੇਰੇ ਪਿਤਾ ਜੀ ਮਿਨਿਸਟਰ ਬਣੇ ਨੇ ਜ਼ਿੰਮੇਵਾਰੀਆਂ ਬਹੁਤ ਵੱਧ ਗਈਆਂ ਨੇ ਅਤੇ ਕਿਉਂਕਿ ਉਹਨਾਂ ਕੋਲ ਵੀ ਸਮਾਂ ਘੱਟ ਹੁੰਦਾ ਹਲਕੇ ਵਾਸਤੇ ਪਰ ਮੈਂ ਆਪਣਾ ਇੱਕ ਏਮ ਬਣਾਇਆ ਹੋਇਆ ਕਿ ਮੈਂ ਕੋਰਟ ਜਾਣਾ ਬਿਲਕੁਲ ਨਹੀਂ ਛੱਡਾਂਗਾ ਅਤੇ ਵਕਾਲਤ ਮੈਂ ਕਰਾਂਗਾ ਅਤੇ ਵਕਾਲਤ ਨੂੰ ਮੈਂ ਛੱਡ ਨਹੀਂ ਸਕਦਾ ਇਹ ਹੈ ਕਿ ਮੈਂ ਹੁਣ ਰੋਜ਼ ਨਹੀਂ ਮੇਰੇ ਤੋਂ ਕੋਰਟ ਜਾਇਆ ਜਾਂਦਾ ਬਟ ਮੈਂ ਹਫ਼ਤੇ 2 ਦਿਨ 3 ਦਿਨ 4 ਦਿਨ
ਜਿੰਨਾ ਵੀ ਹੋ ਸਕਦਾ ਮੈਂ ਜਾਣਾ ਤਾਂ ਕਿਉਂਕਿ ਮੈਂ ਉਸ ਜਗ੍ਹਾ ਨਾਲ ਮੇਰਾ ਬਹੁਤ ਮੋਹ ਹੈ ਅਤੇ ਮੈਨੂੰ ਉੱਥੇ ਜਾ ਕੇ ਸਕੂਨ ਮਿਲਦਾ ਸੋ ਮੈਂ ਜ਼ਰੂਰ ਜਾਂਦਾ ਮੈਂ ਕੋਟ ਜਾਣਾ ਨਹੀਂ ਛੱਡਦਾ ਬਿਲਕੁਲ ਆਪਣਾ ਜਦੋਂ ਖਾਸ ਕਰਕੇ ਮੈਂ ਸਮਝਦਾ ਜਦੋਂ ਵੀ ਕੋਈ ਬੇਰੁਜ਼ਗਾਰੀ ਦਾ ਮੁੱਦਾ ਉੱਠਦਾ ਜਾਂ ਧਰਨੇ ਲੱਗਦੇ ਨੇ ਜਾਂ ਕੋਈ ਵੀ ਲੜਾਈਆਂ ਹੁੰਦੀਆਂ ਨੇ ਗੈਂਗਸਟਰ ਬਣਦੇ ਨੇ ਉਹਦੇ ਸਾਰਿਆਂ ਦੇ ਵਿੱਚ ਇੱਕ ਸਭ ਤੋਂ ਮੇਨ ਮੁੱਦਾ ਜਿਹੜਾ ਹੁੰਦਾ ਉਹ ਐਜੂਕੇਸ਼ਨ ਦਾ ਹੁੰਦਾ ਲੈਕ ਆਫ ਐਜੂਕੇਸ਼ਨ ਬਿਲਕੁਲ ਬਿਲਕੁਲ ਉਹ ਐਜੂਕੇਸ਼ਨ ਆਪਾਂ ਨੂੰ ਕਾਲਜਾਂ 'ਚ ਪੜ੍ਹਾਉਣੀ ਹੈ ਅਤੇ ਕਾਲਜਾਂ ਦੇ ਵਿੱਚ ਨੌਜਵਾਨ ਨੇ ਅਤੇ ਨੌਜਵਾਨਾਂ ਦੇ ਅਹੁਦੇ 'ਤੇ ਤੁਸੀਂ ਹੋ ਹਾਂਜੀ ਐਜੂਕੇਸ਼ਨ ਦੇ ਲਈ ਕੋਈ ਖਾਸ ਸਟ੍ਰੈਟਜੀ ਬਣਾਈ ਹੈ ਜਾਂ ਬਣਾਉਣੀ ਹੈ ਕਿੱਦਾਂ ਦਾ ਕੁਛ ਸਪੈਸ਼ਲ ਜਾ ਕੇ ਕਰਨ ਜਾ ਰਹੇ ਧਰਨੇ ਧੁਰਨੇ ਤਾਂ ਹਰੇਕ ਹੀ ਲਾਈ ਜਾਂਦਾ ਤੁਸੀਂ ਕੁਛ ਸਪੈਸ਼ਲ ਦੱਸੋ ਕੁਛ ਮੈਂ ਜਿਹੜਾ ਇਹ ਐਜੂਕੇਸ਼ਨ ਦਾ ਮੁੱਦਾ ਨਾ ਇਹ ਸਾਡੇ ਮਾਂ ਪਿਓ ਵੀ ਬੱਚਿਆਂ ਨੂੰ ਪ੍ਰੇਰਿਤ ਕਰਦੇ ਨੇ ਅਤੇ ਬੱਚਿਆਂ ਨੂੰ ਵੀ ਸਾਨੂੰ ਸਮਝਾਉਣ ਦੀ ਲੋੜ ਹੈ ਕਿ ਐਜੂਕੇਸ਼ਨ ਦਾ ਕੀ ਮਹੱਤਵ ਹੈ ਐਜੂਕੇਸ਼ਨ ਇੱਕ ਐਸਾ ਤੁਹਾਡਾ ਐਸੈਟ ਕਹਿ ਲਓ ਕਿ ਜਿਹੜੀ ਚੀਜ਼ ਤੁਹਾਡੇ ਤੋਂ ਤੁਹਾਡੀ ਕੋਈ ਜਾਇਦਾਦ ਖੋ ਸਕਦਾ ਪੈਸਾ ਖੋ ਸਕਦਾ ਤੁਹਾਡੀ ਐਜੂਕੇਸ਼ਨ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ ਸੋ ਮੈਂ ਆਪਣਾ ਮਕਸਦ ਬਣਾਇਆ ਹੋਇਆ ਮੈਂ ਜਿੱਥੇ ਵੀ ਜਾਂਦਾ ਆਪਣੇ ਹਲਕੇ 'ਚ ਜਾਂਦਾ ਪੰਜਾਬ 'ਚ ਜਿੱਥੇ ਵੀ ਜਾਂਦਾ ਮੈਂ ਲੋਕਾਂ ਦੇ ਮਿਲਦਾ ਤਾਂ ਮੈਂ ਹਰ ਜਗ੍ਹਾ ਇੱਕ ਸੁਨੇਹਾ ਪੱਕਾ ਦਿੰਦਾ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਕਿਉਂਕਿ ਐਜੂਕੇਸ਼ਨ ਜ਼ਰੂਰੀ ਕਿਉਂਕਿ ਮਾਂ ਪਿਓ ਇੱਕ ਬੱਚਾ ਦਾ ਇੱਕ ਕੋਰਾ ਕਾਗਜ਼ ਹੁੰਦਾ ਜੀ ਮਾਂ ਪਿਓ ਦਾ ਫਰਜ਼ ਬਣਦਾ ਕਿ ਬੱਚਿਆਂ ਨੂੰ ਪ੍ਰੇਰਿਤ ਕਰਨ ਪੜ੍ਹਾਈ ਵੱਲ ਨੂੰ ਸੋ ਮੈਂ ਹਮੇਸ਼ਾ ਹਰ ਜਗ੍ਹਾ ਬੇਨਤੀ ਕਰਦਾ ਅਤੇ ਅੱਗੇ ਵੀ ਮੈਂ ਕਰਦਾ ਰਹਾਂਗਾ ਕਿ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਪਰਿਵਾਰ ਦਾ ਹੀ ਇਹ ਮਕਸਦ ਹੈ ਅਸੀਂ ਆਪਣੇ ਹਲਕੇ 'ਚ ਪਹਿਲਾਂ ਜਿੰਨੇ ਸਰਕਾਰੀ ਸਕੂਲ ਨੇ ਉੱਥੇ ਇਕੱਲੇ ਇਕੱਲੇ ਸਕੂਲ ਵਿੱਚ ਜਾ ਕੇ ਬੱਚਿਆਂ ਨੂੰ ਜਿਹੜੇ ਗਰੀਬ ਬੱਚੇ ਪੜ੍ਹਦੇ ਸੀ ਸਭ ਨੂੰ ਵਰਦੀਆਂ ਵੰਡੀਆਂ ਸਵੈਟਰ ਵੰਡੇ ਕਿਤਾਬਾਂ ਵੀ ਵੰਡੀਆਂ ਅਤੇ ਹੁਣ ਪਿਛਲੇ ਸਾਲ ਰੱਖੜੀ ਦੇ ਮੌਕੇ 'ਤੇ ਅਸੀਂ ਆਪਣੇ ਹਲਕੇ 'ਚ ਜਿੰਨੀਆਂ ਵੀ ਬੱਚੀਆਂ ਸੀ ਬੇਟੀਆਂ ਸੀਗੀਆਂ ਸਭ ਨੂੰ ਸੂਟ ਦਿੱਤੇ ਅਤੇ ਨਾਲ ਇਹ ਜ਼ਰੂਰ ਸੁਨੇਹਾ ਲਾਇਆ ਕਿ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਫਿਊਚਰ ਜੇ ਉਹ ਚੰਗਾ ਜੇ ਉਹ ਅੱਛਾ ਪੜ੍ਹਨਗੇ ਤਾਂ ਹੀ ਸਾਡਾ ਦੇਸ਼ ਤਰੱਕੀ ਕਰੇਗਾ ਅਤੇ ਜੇ ਉਹ ਪੜ੍ਹਨਗੇ ਤਾਂ ਹੀ ਚੰਗੇ ਦਿਸ਼ਾ ਵੱਲ ਜਾਣਗੇ ਨਹੀਂ ਤਾਂ ਜਿਵੇਂ ਕਹਿੰਦੇ ਹਾਂ ਵੀ ਵਿਹਲਾ ਦਿਮਾਗ ਤਾਂ ਸ਼ੈਤਾਨ ਦਾ ਘਰ ਹੁੰਦਾ ਯੂਥ ਕਾਂਗਰਸ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਬਿਲਕੁਲ ਬਿਲਕੁਲ ਜੀ ਅਸੀਂ ਪੂਰਾ ਐਜੂਕੇਟ ਕਰਦੇ ਹਾਂ ਹਰ ਜਗ੍ਹਾ ਕਰਦੇ ਹਾਂ ਅਤੇ ਅੱਗੇ ਵੀ ਕਰਾਂਗੇ ਮੋਹਾਲੀ ਸ਼ਹਿਰ ਸਿੱਧੂ ਸਾਹਿਬ ਪੰਜਾਬ ਦੀ ਹੱਬ ਹੈ ਜਿਹੜੇ ਵੀ ਇੱਥੇ ਜਿਹੜੇ ਮੇਨ ਆਫਿਸਿਸ ਨੇ ਉਹ ਵੀ ਇੱਥੇ ਨੇ ਬਿਲਕੁਲ ਵੈਸੇ ਵੀ ਇੱਕ ਪੈਸ਼ਨ ਦੇ ਤਰ੍ਹਾਂ ਲੋਕ ਇੱਥੇ ਲੋਕਾਂ ਨੂੰ ਲੱਗਦਾ ਵੀ ਹਾਂ ਮੋਹਾਲੀ ਇੱਕ ਬੜਾ ਸੋਹਣਾ ਸ਼ਹਿਰ ਹੈਗਾ ਵੀ ਓਬਵੀਅਸਲੀ ਹਾਂਜੀ ਤਾਂ ਉਹ ਇੱਕ ਬੜੀ ਵੱਡੀ ਸਮੱਸਿਆ ਇੱਥੇ ਤੁਹਾਨੂੰ ਡਿਸਕਸ ਕਰਨੀ ਜ਼ਰੂਰ ਮੈਂ ਸੋਚਦਾ ਸੀ ਕਰਨੀ ਚਾਹੀਦੀ ਕਿਉਂਕਿ ਤੁਹਾਡੇ ਕੋਲ ਹੁਣ ਮੋਹਾਲੀ ਦੀ ਕਮਾਨ ਹੈ ਬਿਲਕੁਲ ਇੱਥੇ ਇੱਕ ਫੇਸ ਤੋਂ ਲੈ ਕੇ 11 ਫੇਸ ਤੱਕ ਘੱਟੋ ਘੱਟ 1,000-1,200 ਇਮੀਗ੍ਰੇਸ਼ਨ ਕੰਸਲਟੈਂਟ ਨੇ ਬਿਲਕੁਲ ਵਿੱਚੋਂ 143 ਕੋਲ ਉਹ ਲਾਇਸੈਂਸ ਹੈ ਜਿਹਨਾਂ ਕੋਲ ਲਾਇਸੈਂਸ ਉਹ ਵੀ ਫਰਾਡ ਕਰ ਰਹੇ ਹੈ ਤੇ ਸ਼ਰੇਆਮ ਕਰ ਰਹੇ ਸਿੱਧੂ ਸਾਹਿਬ ਵਿੱਚ ਕੋਈ ਸ਼ੱਕ ਨਹੀਂ ਬਿਲਕੁਲ ਤੁਸੀਂ ਉਹਦੇ ਲਈ ਅੱਜ ਤੱਕ ਸਿੱਧੂ ਪਰਿਵਾਰ ਨੇ ਉਹਦੇ ਲਈ ਕੋਈ ਵੱਡਾ ਐਕਸ਼ਨ ਨਹੀਂ ਲਿਆ ਬਸ ਇੱਕ ਤੁਸੀਂ ਜੇ ਤੁਸੀਂ ਥਾਣੇ ਦੇ ਵਿੱਚ ਰਿਪੋਰਟਾਂ ਦੇਖਣੀਆਂ ਹੁਣ ਇੱਕ ਦਿਨ ਦੇ ਵਿੱਚ 100-100 ਰਿਪੋਰਟ ਸਾਰੀ ਮੋਹਾਲੀ ਦੇ ਵਿੱਚ ਕਵਰ ਹੁੰਦੀਆਂ ਦੇਖੋ ਜੀ ਉਹਨਾਂ ਲਈ ਕੁਝ ਖਾਸ ਬਣਾਇਆ ਤੁਸੀਂ ਕਿਉਂਕਿ ਸ਼ਰੇਆਮ ਹੀ ਲੁੱਟ ਰਹੇ ਨੇ ਸਾਰਾ ਮਾਲ ਦੇ ਏਰੀਆ ਦਾ ਪਤਾ ਨਹੀਂ ਕਿੰਨਾ ਕੁ ਪੈਸਾ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਸਾਡੇ ਮੋਹਾਲੀ 'ਚ ਕਾਫੀ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਅਤੇ ਟਾਈਮ ਟੂ ਟਾਈਮ ਲੋਕ ਪ੍ਰੋਬਲਮਸ ਲੈ ਕੇ ਜਦੋਂ ਆਉਂਦੇ ਆ ਅਸੀਂ ਉਹਨਾਂ ਦੇ ਖਿਲਾਫ ਪੂਰੇ ਐਕਸ਼ਨ ਦੀ ਮੰਗ ਕਰਦੇ ਆ ਤੁਹਾਡੇ ਕੋਲੇ ਬੰਦਾ ਹੁੰਦਾ ਤੁਸੀਂ ਇੱਕ ਫੋਨ ਕਰ ਦਿੰਦੇ ਹੋ ਇਹ ਗੱਲ ਜਾਇਜ਼ ਕੋਈ ਸ਼ੱਕ ਨਹੀਂ ਹੈ ਪਰ ਤੁਸੀਂ ਉਹਦੇ ਖਿਲਾਫ ਕੋਈ ਵਧੀਆ ਸਟ੍ਰੈਟਜੀ ਨਹੀਂ ਬਣਾਈ ਸਟ੍ਰੈਟਜੀ ਇਹ ਹੈ ਜੀ ਕਿ ਇਹ ਮੁੱਦਾ ਜੋ ਹੈ ਇਹ ਕੈਪਟਨ ਸਾਹਿਬ ਨਾਲ ਡਿਸਕਸ ਹੋ ਚੁੱਕਿਆ ਹੈ ਅਤੇ ਬਹੁਤ ਜਲਦ ਕਾਨੂੰਨ ਲੈ ਕੇ ਆ ਰਹੀ ਹੈ ਸਾਡੀ ਸਰਕਾਰ ਇਸ ਮੁੱਦੇ 'ਤੇ ਅਤੇ ਜਿੰਨੇ ਵੀ ਫਰੋਡ ਇਮੀਗ੍ਰੇਸ਼ਨ ਦੇ ਜਿਹੜੇ ਏਜੰਟ ਨੇ ਉਹਨਾਂ ਨੂੰ ਨੱਥ ਪਾਈ ਜਾਏਗੀ ਅਤੇ ਸਰਕਾਰ ਵੱਲੋਂ ਉਹਨਾਂ ਦੇ ਕਾਰਜਗਾਰੀ 'ਤੇ ਚੈੱਕ ਰੱਖਿਆ ਜਾਏਗਾ ਕਿ ਉਹ ਕੰਮ ਆਪਣਾ ਸਹੀ ਤਰੀਕੇ ਨਾਲ ਕਰ ਰਹੇ ਹੈ ਜਾਂ ਨਹੀਂ ਸੋ ਬਿਲਕੁਲ ਇਹ ਜੋ ਮੁੱਦਾ ਤੁਸੀਂ ਚੱਕਿਆ ਬਹੁਤ ਮੈਂ ਧੰਨਵਾਦੀ ਹਾਂ ਤੁਸੀਂ ਬੜਾ ਅੱਛਾ ਮੁੱਦਾ ਚੱਕਿਆ ਇਸ ਮੁੱਦੇ 'ਤੇ ਸਰਕਾਰ ਪੂਰਾ
ਸਰਕਾਰ ਦੇ ਧਿਆਨ 'ਚ ਹੈ ਅਤੇ ਇਸ ਮੁੱਦੇ 'ਤੇ ਕੰਮ ਚੱਲ ਰਿਹਾ। ਬਹੁਤ ਜਲਦ ਤੁਸੀਂ ਦੇਖੋਗੇ ਕਿ ਇਸ ਮੁੱਦੇ 'ਤੇ ਕੋਈ ਨਾ ਕੋਈ ਕਾਨੂੰਨ ਜ਼ਰੂਰ ਬਣੇਗਾ। ਆਸ ਨਾਲ ਲੋਕਾਂ ਨੇ ਤੁਹਾਨੂੰ ਬਣਾਇਆ ਸੀ ਅਤੇ ਇਹ ਤੁਸੀਂ ਖਾਸ ਕਰਕੇ ਤੁਸੀਂ ਯੂਥ ਦੇ ਵਿੱਚ ਹੋ ਤਾਂ ਯੂਥ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਜ਼ਰੂਰ ਜਿੱਤਣਾ ਅਸੀਂ ਆਸ ਕਰਦੇ ਹਾਂ। ਬਿਲਕੁਲ ਬਿਲਕੁਲ ਜੀ, ਅਸੀਂ ਤੁਸੀਂ ਸਾਡੇ ਨਾਲ ਟਾਈਮ ਕੱਢ ਕੇ ਇੱਥੇ ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ। ਥੈਂਕ ਯੂ ਜੀ, ਧੰਨਵਾਦ ਬਹੁਤ ਬਹੁਤ। ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਆਪਣੇ ਇਸ ਅਹੁਦੇ 'ਤੇ ਬਰਕਰਾਰ ਰਹਿ ਕੇ ਤੁਸੀਂ ਬਹੁਤ ਵਧੀਆ ਪੰਜਾਬ। ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਪਰਮਾਤਮਾ ਮੈਨੂੰ ਸਹੀ ਰਾਹ ਬਖਸ਼ੇ ਅਤੇ ਮੈਂ ਸਹੀ ਸੇਧ ਵਿੱਚ ਜਾ ਕੇ ਜੋ ਮੇਰਾ ਅਹੁਦਾ ਹੈ ਉਹਦੇ ਨਾਲ ਇਨਸਾਫ ਕਰਾਂ ਅਤੇ ਮੈਂ ਲੋਕਾਂ ਦੀ ਜੋ ਸੇਵਾ ਹੈ ਉਹ ਕਰਦਾ ਰਹਾਂ ਅਤੇ ਹੋਰ ਆਉਣ ਵਾਲੇ ਸਮੇਂ 'ਚ ਵੱਧ ਕੇ ਕਰਾਂ। ਮੇਰਾ ਇਹੀ ਏਮ ਹੈ ਅਤੇ ਇਹੀ ਲੈ ਕੇ ਮੈਂ ਚੱਲਿਆ ਹੋਇਆ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਇੰਟਰਵਿਊ 'ਤੇ ਬੁਲਾਇਆ ਅਤੇ ਮੈਂ ਤੁਹਾਡਾ ਚੈਨਲ ਦੇਖਦਾ ਤਾਂ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਕਿ ਤੁਸੀਂ ਬਹੁਤ ਅੱਛਾ ਤੁਹਾਡਾ ਚੈਨਲ ਚੱਲ ਰਿਹਾ ਅਤੇ ਅਰਦਾਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਤੁਹਾਡਾ ਚੈਨਲ ਬਹੁਤ ਤਰੱਕੀ ਕਰੇ। ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਜੀ ਕੰਵਰਬੀਰ ਸਿੰਘ ਰੂਬੀ ਸਿੱਧੂ ਜੋ ਕਿ ਪੰਜਾਬ ਯੂਥ ਕਾਂਗਰਸ ਦੇ ਮੀਡੀਆ ਕੋਆਰਡੀਨੇਟਰ ਨੇ, ਜਿਨ੍ਹਾਂ ਨੇ ਪੰਜਾਬ ਦੇ ਨਾਲ ਸੰਬੰਧਿਤ ਕਈ ਸਵਾਲਾਂ ਦੇ, ਕਈ ਤਿੱਖੇ ਸਵਾਲਾਂ ਦੇ ਵੀ ਵਧੀਆ ਜਵਾਬ ਦਿੱਤੇ ਨੇ ਅਤੇ ਕਹਿੰਦੇ ਨੇ ਕਿ ਸਾਡੀ ਪੰਜਾਬ ਯੂਥ ਕਾਂਗਰਸ ਦੇ ਮੀਡੀਆ ਕੋਆਰਡੀਨੇਟਰ ਹੁੰਦਿਆਂ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਮੈਂ ਉਸਨੂੰ ਬਾਖੂਬੀ ਨਿਭਾਵਾਂਗਾ। ਸੋ ਦੋਸਤੋ, ਮੈਨੂੰ ਗੁਰਪਾਲ ਸਿੰਘ ਬਰਾੜ ਨੂੰ ਦਿਓ ਇਜਾਜ਼ਤ, ਰੱਬ ਰਾਖਾ।